ऐसा नाम निरंजन हो, ऐसा नाम निरंजन हो, ऐसा नाम, ऐसा नाम निरंजन हो। जे को मन जाने मन रिश्तेदार अते सके संबंधियां वालों
आप जी दे पावन पवित्र चरण कमलां दा ओट आसरा तकिया गया है गुरु पातशाह जीओ गुरमुख परिवार वालों अपने गृह विखे आप जी दी अमृतमयी बाणी धुरकी बाणी आई तिन सगरी चिंत मिटाई जी दे श्री अखंड पाठ साहिब जो करवाए गए ने करने कीती हुई परिवार दी सेवा देखे लौनी नाम दी दात चढ़ती कला बख्शनी अंग संग सहाई होना करो कृपा सतगुरु सच्चे पातशाह जीओ पावन पवित्र हुक्म बख्शो हुक्म ते चलण दी समर्था बख्शनी अखर वाता घाटा पुल चुक मुआफ करनी सरबत दे कारज रास करने सही प्यारे मेर जिन्हा मिलिया तेरा नाम चेते आवे नानक नाम चढ़दी कला सो निहाल वाहेगुरु जी का खालसा वाहेगुरु जी की फतेह सतनाम श्री वाहेगुरु साहिब जीओ सोरत महला नोआ प्रीतम जानन हो मन माही अपने सुख सोही जग पालियो को काहू को नाही प्रीतम जानन हो मन माही अपने सुख सोही जग पालियो को काहू को नाही रहाओ सुख मयान बहुत मिल बैठत रहत चौं दिसके विपत बली को कामना आयो एहत जिको व्यवहार बनयो है जासू ने हो लगायो अंत बार नानक बिन हर जी को कामना आयो वाहेगुरु जी का खालसा वाहेगुरु जी की फतेह गुरु प्यारे गुरु द्वारे सतसंगों गुरु प्यारे सदा कमल जी संभागिया जो गुरु घर के सदर भी हैं जलंधर शहर के पति भी हैं उनके भी आत्मा आप संतान मन संतान गुरु के जन पर जो इंसान इस धरती पर आया उस जो अपने सत्संग पूजे होते जिसने सियाने दर्ज करना जिंदगी एक बहुत दुखदाई का काम है कह लो गुरबाणी का शिव साहब असली पाड़ा मरना है पर जाकर मधु सोकर जाने और जाने की पढ़ाई जिस प्रभाव का चीज ज्यादा है और इस उम्र से ज्यादा है उस ओर से जाना गुरबाणी का शिव साहब क्लासे देने के बहुत मुश्किल हो जाएगा कि तुसी सरदार महिला से खालसा के प्रभाव के नाल साहिब प्रभाव के नाल जोर सहायता कीता पर प्रभाव के वजह तुसी दुखे पहिए विच साहिब प्रभाव नाल आपने जोर सहायता कीता तां तुहाडा सहयोग करवा करदा और बेनती करदा सब तो पहले गुरु महाराज दी पछे का सरूपा बजा प्रबंधक बनी हो जो सरदार महिला से जी हूँ जिता जाएगा मैं बेनती करता सरदार स्वर्ण सिंह जी पावन रख वाले अकाल चलाना करते सन इन्हों की अंतिम अरदास कल दिन सोमवार को Thank you.
Thank you.
Thank you.
Thank you.
Hey.
ਹਾਲਤ ਪਲਤ ਦੇ ਰਾਖਿਆ ਧਾਰੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜਮਿਲ ਬੈਠੇ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਆਪਾਂ ਸਰਦਾਰ ਹਰਜਿੰਦਰ ਸਿੰਘ ਜੀ ਇਹਨਾਂ ਦੀ ਧਰਮ ਸੁਪਤਨੀ ਬੀਬੀ ਹਰਪ੍ਰੀਤ ਕੌਰ ਜੀ ਜੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਕੁੰਡੀ ਨੂੰ ਭੋਗਦਿਆਂ ਹੋਇਆ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਨੇ ਇਹਨਾਂ ਦੀ ਯਾਦ ਦੇ ਵਿੱਚ ਜੁੜ ਮਿਲ ਬੈਠੇ ਹਾਂ। ਗੁਰੂ ਸਵਾਰਿਆਂ ਪਾਸੋਂ ਸਮੂਹ ਸੰਗਤ ਨੇ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਕੀ ਬਾਣੀ ਦਾ ਓਟ ਆਸਰਾ ਤੱਕਦਿਆਂ ਹੋਇਆ ਕੁਝ ਕੁ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਪਹਿਲਾਂ ਇੱਕ ਬੇਨਤੀ ਹੈ ਕਿ ਗੁਰੂ ਪਿਤਾ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਦੇ ਵਿੱਚੋਂ ਗੁਰੂ ਕੇ ਲੰਗਰ ਅਕੁੱਟ ਵਰਤ ਰਹੇ ਹਨ। ਇਸ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਗਾਇਨ ਕਰਦਿਆਂ ਹੋਇਆ ਗੁਰੂ ਕੇ ਅੰਮ੍ਰਿਤਮਈ ਬੋਲ ਦੀ ਪਾਵਨ ਪਵਿੱਤਰ ਬਾਣੀ ਦਾ ਜਦੋਂ ਕੀਰਤਨ ਕਰਦੇ ਪਏ ਸਨ ਤਾਂ ਇੱਕ ਗੁਰੂ ਦਾ ਅੰਮ੍ਰਿਤਮਈ ਬਚਨ ਆਇਆ। ਗੁਰੂ ਕੀ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਉਪਦੇਸ਼ ਦਿੱਤਾ, ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ। ਔਰ ਖਿਆਲ ਕਰਨਾ ਹਰੇਕ ਮਨੁੱਖ ਦੇ ਮਨ ਦੇ ਵਿੱਚ ਇਹ ਭਾਵਨਾ ਹੁੰਦੀ ਹੈ ਕਿ ਮੈਂ ਆਪਣੇ ਆਪ ਨੂੰ ਸ਼ਿੰਗਾਰ ਕੇ ਰੱਖਾਂ, ਆਪਣੇ ਮੁਖ ਨੂੰ ਸ਼ਿੰਗਾਰ ਕੇ ਰੱਖਾਂ ਤਾਂ ਕਿ ਇਸ ਸੰਸਾਰ ਦੇ ਵਿੱਚ ਇਸ ਸਮਾਜ ਦੇ ਵਿੱਚ ਮੈਂ ਸੋਹਣਾ ਨਜ਼ਰ ਆਵਾਂ। ਹਰੇਕ ਦੇ ਅੰਦਰ ਭਾਵਨਾ ਹੁੰਦੀ ਹੈ ਕਿ ਮੈਂ ਦੂਜੇ ਨੂੰ ਸੋਹਣਾ ਨਜ਼ਰ ਆਵਾਂ। ਔਰ ਖਿਆਲ ਕਰਨਾ ਹਰੇਕ ਮਨੁੱਖ ਆਪਣੀ ਕਾਇਆ ਦੇ ਵਿੱਚੋਂ ਸਭ ਤੋਂ ਵੱਧ ਸ਼ਿੰਗਾਰ ਆਪਣੇ ਮੁੱਖ ਦਾ ਕਰਦਾ ਹੈ। ਔਰ ਮੁੱਖ ਸ਼ਬਦ ਦਾ ਅਰਥ ਹੀ ਇਹ ਹੁੰਦਾ ਹੈ ਜਿਹੜਾ ਬਾਕੀ ਸਰੀਰ ਦੇ ਅੰਗਾਂ ਦਾ ਮੁਖੀਆ ਹੋਵੇ। ਇਸ ਮੁੱਖ ਨੂੰ ਸ਼ਿੰਗਾਰਨ ਵਾਸਤੇ ਬਾਜ਼ਾਰ ਦੇ ਵਿੱਚੋਂ ਸਾਨੂੰ ਅਨੇਕਾਂ ਹੀ ਤਰ੍ਹਾਂ ਦੇ ਸ਼ਿੰਗਾਰ ਮਿਲ ਜਾਂਦੇ ਹਨ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਮੁੱਖ ਨੂੰ ਸ਼ਿੰਗਾਰ ਸਕਦੇ ਹਾਂ ਅਤੇ ਸਮਾਜ ਦੇ ਵਿੱਚ ਦੁਨੀਆਂ ਦੇ ਵਿੱਚ ਦੂਜਿਆਂ ਨੂੰ ਸੋਹਣੇ ਨਜ਼ਰ ਆਉਂਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਬਚਨ ਕੀਤਾ, ਆਖਣ ਲੱਗੇ ਕਿ ਸਮਾਜ ਦੇ ਵਿੱਚ ਦੁਨੀਆਂ ਦੇ ਲੋਕਾਂ ਦੇ ਵਿੱਚ ਸੋਹਣਾ ਦਿਸਣ ਵਾਸਤੇ ਆਪਣੇ ਮੁੱਖ ਨੂੰ ਬਾਜ਼ਾਰ ਦੇ ਵਿੱਚੋਂ ਸ਼ਿੰਗਾਰ ਲਿਆ ਕੇ ਤੂੰ ਸ਼ਿੰਗਾਰ ਲਿਆ, ਪਰ ਕਦੇ ਉਸ ਧਰਮ ਰਾਜ ਨੂੰ ਜਾ ਕੇ ਵੀ ਆਪਣਾ ਮੁੱਖ ਦਿਖਾਉਣਾ ਹੈ ਕਿ ਕਦੇ ਆਪਣੇ ਮੁੱਖ ਨੂੰ ਇੰਨਾ ਸ਼ਿੰਗਾਰਿਆ ਹੈ ਕਿ ਮੈਂ ਉਸ ਪਰਮਾਤਮਾ ਨੂੰ ਉਸ ਧਰਮ ਰਾਜ ਨੂੰ ਜਾ ਕੇ ਆਪਣਾ ਮੁੱਖ ਦਿਖਾ ਸਕਾਂ। ਕਦੇ ਉਸਦੀ ਵੀ ਤੂੰ ਤਿਆਰੀ ਕੀਤੀ ਹੈ? ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਹੇਗਾ, ਉੱਥੇ ਜਾਣ ਵਾਸਤੇ ਤੇਰੇ ਕੋਲ ਕੋਈ ਮੁੱਖ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛੀਏ, ਸਤਿਗੁਰੂ ਜੀ ਤੁਸੀਂ ਦੱਸੋ ਤੁਹਾਨੂੰ ਸਭ ਤੋਂ ਸੋਹਣਾ ਨਜ਼ਰ ਕੌਣ ਆਉਂਦਾ ਹੈ? ਤੇ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਸਹੀ ਸੁੰਦਰ ਸੋਹਣੇ ਸਾਧ ਸੰਗਤ ਜਿਨੀ ਬਹਿਣੇ, ਜਿਹੜੇ ਸਾਧ ਸੰਗਤ ਦੇ ਵਿੱਚ ਗੁਰਮੁਖ ਪਿਆਰਿਆਂ ਦੀ ਸੰਗਤ ਦੇ ਵਿੱਚ ਆ ਕੇ ਬੈਠਦੇ ਹਨ, ਮੈਨੂੰ ਸਾਰਿਆਂ ਤੋਂ ਵੱਧ ਸੋਹਣੇ ਉਹ ਨਜ਼ਰ ਆਉਂਦੇ ਹਨ। ਆਉਣਾ ਜਾਣਾ ਇੱਕ ਗੱਲ ਵੱਖਰੀ, ਪਰ ਕਹਿੰਦੇ ਜਿੰਨਾ ਚਿਰ ਗੁਰੂ ਦੀ ਗੋਦ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਅਸੀਂ ਬੈਠਦੇ ਨਹੀਂ, ਗੁਰੂ ਕੇ ਬਚਨ ਨਹੀਂ ਸੁਣਦੇ, ਗੁਰੂ ਦਾ ਉਪਦੇਸ਼ ਨਹੀਂ ਸ਼੍ਰਵਣ ਕਰਦੇ, ਉਹਨਾਂ ਚਿਰ ਸਾਨੂੰ ਕੁਛ ਵੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਸਤਿਗੁਰੂ ਪਾਤਸ਼ਾਹ ਜੀ ਤੁਹਾਨੂੰ ਫਿਰ ਕੋਈ ਡਰਾਉਣਾ ਵੀ ਨਜ਼ਰ ਆਉਂਦਾ ਹੋਵੇਗਾ, ਤੁਹਾਨੂੰ ਕੋਈ ਭੈੜਾ ਵੀ ਨਜ਼ਰ ਆਉਂਦਾ ਹੋਵੇਗਾ,
ਇੱਥੇ ਗੁਰੂ ਪਾਤਸ਼ਾਹ ਜੀ ਦਾ ਅੰਮ੍ਰਿਤਮਈ ਬਾਣੀ ਦੇ ਵਿੱਚ ਵਚਨ ਹੈ, ਫਰੀਦਾ ਤਿੰਨਾ ਮੁੱਖ ਡਰਾਵਣੇ ਜਿਨ੍ਹਾਂ ਵਸਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਪਰਮਾਤਮਾ ਦੀ ਯਾਦ ਹੀ ਵਿਸਾਰ ਦਿੱਤੀ, ਜਿਨ੍ਹਾਂ ਨੇ ਗੁਰੂ ਦੀ ਯਾਦ ਹੀ ਆਪਣੇ ਮਨ ਦੇ ਵਿੱਚੋਂ ਭੁਲਾ ਦਿੱਤੀ, ਹਜ਼ੂਰ ਆਖਦੇ ਹਨ ਕਿ ਸੰਸਾਰ ਦੇ ਵਿੱਚ ਸਭ ਤੋਂ ਡਰਾਉਣਾ ਮਨੁੱਖ ਮੈਨੂੰ ਉਹ ਨਜ਼ਰ ਆਉਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਹੀ ਨਹੀਂ ਹੈ। ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸੂਆ ਘਰ ਪੂਤ ਜਨਮ ਹੈ ਨਾਮ ਪਰਿਓ ਹੈ ਧਰਕਟੀ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਭਾਵੇਂ ਜਿੰਨਾ ਮਰਜ਼ੀ ਸੁੰਦਰ ਹੋਵੇ, ਕਹਿੰਦੇ ਸੁੰਦਰਤਾ ਤਾਂ ਹੈ ਪਰ ਉਸ ਸੁੰਦਰਤਾ ਦੇ ਉੱਤੇ ਨੱਕ ਨਹੀਂ ਹੈ। ਖਿਆਲ ਕਰਨਾ, ਸੁੰਦਰਤਾ ਹਮੇਸ਼ਾ ਹੀ ਨੱਕ ਦੀ ਹੁੰਦੀ ਹੈ। ਕਹਿੰਦੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸੂਆ ਘਰ ਪੂਤ ਜਨਮ ਹੈ ਨਾਮ ਪਰਿਓ ਹੈ ਧਰਕਟੀ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਐਵੇਂ ਦਾ ਮੈਨੂੰ ਨਜ਼ਰ ਆਉਂਦਾ ਹੈ ਜਿਵੇਂ ਕਿਸੇ ਵੇਸ਼ਵਾ ਦਾ ਪੁੱਤਰ ਹੋਵੇ। ਖਿਆਲ ਕਰਨਾ, ਵੇਸ਼ਵਾ ਦਾ ਪੁੱਤਰ ਭਾਵੇਂ ਜਿੰਨਾ ਮਰਜ਼ੀ ਸੋਹਣਾ ਹੋਵੇ ਪਰ ਉਹ ਜਿੱਧਰਲੇ ਪਾਸੇ ਨੂੰ ਜਾਵੇਗਾ ਦੁਨੀਆਂ ਦੇ ਲੋਕ ਆਖਣਗੇ ਇਸਦਾ ਬਾਪ ਕੋਈ ਨਹੀਂ, ਇਹ ਵੇਸ਼ਵਾ ਦਾ ਪੁੱਤਰ ਹੈ। ਭਾਵੇਂ ਜਿੰਨਾ ਮਰਜ਼ੀ ਸੋਹਣਾ ਐਵੇਂ ਦੇ ਨਜ਼ਰ ਆਉਂਦੇ ਹਨ, ਜਿਵੇਂ ਕਿਸੇ ਨੇ ਆਪਣੇ ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ ਪਾਏ ਹੋਣ, ਉਹਨਾਂ ਸੋਨੇ ਦੇ ਕੁੰਡਲਾਂ ਦੇ ਉੱਤੇ ਭਾਵੇਂ ਲਾਲਾਂ ਦੀ ਜੜ੍ਹ ਜਿਹੜੀ ਹੋਵੇ, ਪਰ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਨੂੰ ਉਹ ਮਨੁੱਖ ਐਵੇਂ ਦਾ ਨਜ਼ਰ ਆਉਂਦਾ ਹੈ ਜਿਵੇਂ ਕਿਸੇ ਅਣਜਾਣ ਬੰਦੇ ਨੇ ਕਿਸੇ ਸਰਕੜੇ ਨੂੰ ਅੱਗ ਲਗਾ ਦਿੱਤੀ ਹੋਵੇ। ਕਾਨੀਆਂ ਨੂੰ ਅੱਗ ਬਿਨਾਂ ਬਿਰਥਾ ਪਰ ਅੰਧ ਮੁੱਖ ਆਵਤ ਕਾਟੇ ਦੁਰਗੰਧ, ਕਦੇ ਮੇਰਾ ਹਰ
ਕ੍ਰਿਸ਼ਨ ਤੇ ਆਈਏ ਜਿਸ ਰਿਥੈ ਸਭ ਦੁੱਖ ਜਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਸਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ, ਚਾਰੀਆਂ ਮੁਕਤਿਆਂ, ਹੱਜੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ, ਤੇਗ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਪਟਾਏ ਕੋਕੜੀਆਂ ਰੁਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਦੇਸਾਂ ਸੁਆਸਾਂ ਨਾਲ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਚੇਤੇ ਆਵਣ ਕਾ ਸਤਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਖੀਆਂ ਝੰਡੇ ਹੋਣਗੇ ਜੁਗੋ ਜੁਗ ਅਟਲ ਪਾਕ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਕੋਟ, ਧੰਨ ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਘਰ ਦੇ ਪੀਰਤਵਾਨ ਸਰਦਾਰ ਹਰਜਿੰਦਰ ਸਿੰਘ ਜੀ, ਤਿੰਨਾਂ ਦੀ ਧਰਮ ਸੁਪਤਨੀ ਬੀਬੀ ਹਰਪ੍ਰੀਤ ਕੌਰ ਜੀ, ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆ ਅਕਾਲ ਚਲਾਣਾ ਕਰ ਗਏ ਨੇ, ਤਿੰਨਾਂ ਦੇ ਨਿਮਿਤ ਸਮੂਹ ਪਰਿਵਾਰ ਵਾਲੇ ਰਿਸ਼ਤੇਦਾਰ ਅਤੇ ਸਕੇ ਸੰਬੰਧੀਆਂ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਓਟ ਆਸਰਾ ਤੱਕਿਆ ਗਿਆ ਹੈ। ਗੁਰੂ ਪਾਤਸ਼ਾਹ ਜੀਓ, ਗੁਰਮੁਖ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਆਪ ਜੀ ਦੀ ਅੰਮ੍ਰਿਤਮਈ ਬਾਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਨੇ, ਉਪਰੰਤ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ, ਗੁਰਮਤ ਕਥਾ ਵਿਚਾਰਾਂ ਅਤੇ ਆਨੰਦ ਸਾਹਿਬ ਛੇ ਪੌੜੀਆਂ ਦੇ ਜਾਪ ਹੋਏ ਨੇ। ਕਿਰਪਾ ਕਰਨੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਖਿਮਾ ਕਰਨੀਆਂ। ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣਾ ਗੁਰੂ ਪਾਤਸ਼ਾਹ ਜੀਓ, ਕਿਰਪਾ ਕਰਨੀ ਵਿਛੜੀ ਹੋਈ ਆਤਮਾ ਨੂੰ ਸਦੀਵ ਕਾਲ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਉਪਰੰਤ ਸਮੂਹ ਪਰਿਵਾਰ ਰਿਸ਼ਤੇਦਾਰ ਸਕੇ ਸੰਬੰਧੀਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ, ਪਰਿਵਾਰ ਅੰਦਰ ਸੁੱਖ ਸ਼ਾਂਤੀਆਂ ਵਰਤਾਉਣੀਆਂ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਬੱਚਿਆਂ ਦੇ ਸਿਰ ਤੇ ਕਿਰਪਾ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਵਾਸਤੇ 2100 ਰੁਪਇਆ ਭੇਟਾ ਕੀਤਾ ਗਿਆ ਹੈ। ਪਿੰਗਲਵਾੜੇ ਦੀ ਸੇਵਾ ਵਾਸਤੇ 2100 ਰੁਪਇਆ ਭੇਟਾ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦੂਖ ਨਿਵਾਰਨ ਸਾਹਿਬ ਲੁਧਿਆਣੇ ਵਾਸਤੇ 1100 ਰੁਪਇਆ ਭੇਟਾ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਆਲਮਗੀਰ ਲੁਧਿਆਣੇ ਵਾਸਤੇ 1100 ਰੁਪਇਆ ਭੇਟਾ ਕੀਤਾ ਗਿਆ ਹੈ ਅਤੇ ਰਾਧਾ ਕ੍ਰਿਸ਼ਨ ਮੰਦਿਰ ਦੀ ਸੇਵਾ ਵਾਸਤੇ 1100 ਰੁਪਇਆ ਭੇਟਾ ਕੀਤਾ ਗਿਆ ਹੈ। ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਗੁਰਮੁਖ ਪਰਿਵਾਰ ਵੱਲੋਂ ਬਰਤਨ ਵਸਤਰ ਭੇਟਾ ਕੀਤੇ ਗਏ ਨੇ। ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਪਾਤਸ਼ਾਹ ਜੀਓ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਸੇਵਾ ਕੀਤੀ ਗਈ ਹੈ, ਖਜ਼ਾਨੇ ਭਰਪੂਰ ਕਰਨੇ, ਕੀਤੀ ਹੋਈ ਪਰਿਵਾਰ ਦੀ ਸੇਵਾ ਲੇਖੇ ਲਾਉਣੀ, ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਕਰੋ ਕਿਰਪਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਪਾਵਨ ਪਵਿੱਤਰ ਹੁਕਮ ਬਖਸ਼ੋ।
ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੀ, ਅਕਲ ਵਾਧਾ ਘਾਟਾ ਕੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਵਰਗ ਮਹਿਤਾ ਨੋਆ। ਪ੍ਰੀਤਮ ਜਾਨ ਹੋ ਮਨ ਮਾਹੀ, ਆਪਣੇ ਸੁਖ ਸਿਉਹੀ ਜਗ ਪਾ ਦਿਓ, ਕੋ ਕਾਹੂ ਕੋ ਨਾਹੀ। ਪ੍ਰੀਤਮ ਜਾਨ ਹੋ ਮਨ ਮਾਹੀ, ਆਪਣੇ ਸੁਖ ਸਿਉਹੀ ਜਗ ਪਾਉਂਦਿਓ, ਕੋ ਕਾਹੂ ਕੋ ਨਾਹੀ। ਰਹਾਉ ਸੁਖ ਮਾਇਆ ਬਹੁਤ ਮਿਲ ਬੈਠਤ, ਰਹਿਤ ਚਹੋਂ ਦਿਸ ਘੇਰਾ। ਬਿਪਤ ਪਰੀ ਸਭ ਹੀ ਸੰਗ ਛਾਜਤ, ਕਉ ਨ ਆਵਤ ਨੇਰਾ। ਘਰ ਕੀ ਨਾਲ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਜਬ ਹੀ ਹਾਸਤ ਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਸੂ ਨੇ ਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮਨਾ ਆਇਓ। ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਸੂ ਨੇ ਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰਦੁਆਰੇ ਸਤਸੰਗ ਜਨੋ, ਹੁਣ ਸਰਕਾਰ ਦੇ ਗੁਰੂ ਪਿਆਰੇ ਸ੍ਰੀ ਕਮਲਜੀਤ ਸਿੰਘ ਭਾਟੀਆ, ਜੋ ਗੁਰੂ ਘਰ ਦੇ ਸਕੱਤਰ ਵੀ ਹਨ ਅਤੇ ਜਲੰਧਰ ਸ਼ਹਿਰ ਦੇ ਪ੍ਰਤੀ ਵੀ ਹਨ, ਉਹ ਸ੍ਰੀ ਰਾਮਾਨ ਦੇ ਆਪ ਸੰਤਾਂ ਨੂੰ ਸ਼ਰਧਾ ਦੇ ਗੁਰੂ ਭੇਜਣ। ਚਾਰ ਚਾਰ ਜੋ ਮਿਲਦੇ ਜਾਂ ਸਭ ਰਾਮਾ ਹੋਏ, ਮੋਰ ਇੱਕ ਅਕਲ ਸੱਚਾਈ ਹੈ ਪਰ ਜੋ ਇਨਸਾਨ ਇਸ ਧਰਤੀ ਤੇ ਆਇਆ ਉਸ ਨੂੰ ਇਹ ਜੋ ਆਪਣੇ ਵਿਸ਼ਵਾਸਾਂ ਦੀ ਪੂਰੀ ਹੋ ਕੇ ਉਹ ਸਰਕਾਰ ਕੋਲ ਜੋ ਚੰਗਾ ਚੱਲ ਰਿਹਾ ਹੈ ਪਰ ਬਹੁਤ ਕਿਸੇ ਵੀ ਮਨ ਦੇ ਵਿਚਾਰੇ ਗੁਰਦਾਰੀ ਹੁੰਦੀ ਹੈ ਪਰ ਭਾਈਚਾਰੇ ਚ ਹੋਣਾ ਇਹ
ਉਹ ਜੀ ਜਿਸਨੇ ਹਜੇ ਆਪਣੀ ਉਮਰ ਵੀ ਨਾ ਪੁੱਜੀ ਹੋਏ ਉਸਦਾ ਇਸ ਕਾਰਨ ਸਿਆਣੇ ਦਰਜ ਕਰਨਾ ਜ਼ਿੰਦਗੀ ਦੀ ਬਹੁਤ ਦੁਖਦਾਈ ਕਰਨਾ ਹੁੰਦੀ ਹੈ। ਕਹਿ ਦੋ ਗੁਰਬਾਣੀ ਦੇ ਆਸ਼ਰ ਸਾਹਿਬ ਅਸੀਂ ਭਾੜਾ ਮੰਨਣਾ ਹੈ ਪਰ ਜਾ ਤਾਂ ਮਾਜੋ ਸੋਚਣ ਜਾਣੇ ਉਹ ਜਾਣੇ ਦੀ ਪੜ੍ਹਾਈ ਜਿਸ ਪ੍ਰਭਾਵ ਦਾ ਚੀਜ਼ ਜ਼ਿਆਦਾ ਹੈ ਉਹ ਇਸ ਉਮਰ 'ਚ ਜ਼ਿਆਦਾ ਹੈ ਉਸ ਨੂੰ ਸਮਝਾਉਣਾ ਗੁਰਬਾਣੀ ਦੇ ਆਸ਼ਰ ਸਾਹਿਬ ਦਿਲਾਸੇ ਦੇਣੇ ਇਹ ਬਹੁਤ ਮੁਸ਼ਕਲ ਹੋਵੇਗਾ। ਸਰਦਾਰ ਮਹਿੰਦਰ ਸਿੰਘ ਜੀ ਖਾਲਸਾ ਜੋ ਇਸ ਅਸਥਾਨ ਦੇ ਬਹੁਤੋਂ ਹੀ ਸੇਵਾਦਾਰ ਹਨ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਇੱਕ ਨਵਾਂ ਸੇਵਕ ਐਗਜ਼ੀਕਿਊਟਿਵ ਮੈਂਬਰ ਵੀ ਹਨ ਔਰ ਸਾਰੇ ਸਰਕਾਰ ਜੋ ਮਾਜੀ ਜੀ ਬੀਬੀ ਅਵਤਾਰ ਕੌਰ ਜੀ ਜਿਹਨਾਂ ਨੇ ਹਮੇਸ਼ਾ ਦੇਸ਼ ਦੇ ਸ਼ਾਸਨ ਸਭਾ ਵਿੱਚ ਸਭ ਤੋਂ ਅੱਗੇ ਹੋ ਕੇ ਸੇਵਾ ਕੀਤੀ ਉਹ ਠੀਕ ਰਹੇ ਜਾਂ ਨਹੀਂ ਰਹੇ ਪਰ ਉਹਨਾਂ ਦੀ ਹਾਜ਼ਰ ਮਿਲਣ ਪ੍ਰਤੀ ਇਸ ਗੁਰੂ ਸਾਹਿਬ ਦੇ ਵਿੱਚ ਕਦੀ ਹੈ ਅੱਜ ਉਸ ਪ੍ਰਵਾਦ ਨੂੰ
ਸਾਰੇ ਛੋਟੇ ਵੀਰ ਰਜਿੰਦਰ ਸਿੰਘ ਪੱਟੀ ਜੋ ਕਿ ਮੇਰਾ ਛੋਟਾ ਭਰਾ ਵੀ ਹੈ, ਉਸਦੀ ਧਰਮ ਪਤਨੀ ਦਾ ਸਮਾਨ ਖਤਮ ਹੋ ਜਾਣਾ, ਇਹ ਦੁਨੀਆਂ ਤੋਂ ਚਲੇ ਜਾਣਾ ਪਰਿਵਾਰ ਦੀ ਬਹੁਤ ਵੱਡੀ ਕਾਰਕ ਹੈ। ਅਸੀਂ ਜਿੰਨੇ ਮਰਜ਼ੀ ਪ੍ਰਾਸੇ ਦੇਈਏ ਪਰਿਵਾਰ ਤੋਂ ਜੋ ਮਰਜ਼ੀ ਹੈ ਉਸਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ। ਖਾਲਸਾ ਦੇ ਪਰਿਵਾਰ ਨੂੰ ਜੋ ਸਾਡੇ ਸਰਕਾਰ ਜੋ ਚਰਚਾ ਹੀ ਹਨ, ਪਰਿਵਾਰ ਦੇ ਵਿੱਚ ਬਹੁਤ ਬੜਾ ਖਲਾਅ ਪੈਦਾ ਹੋ ਗਿਆ, ਪਤੀ ਤੋਂ ਪਤਨੀ ਦਾ ਸਾਥ ਚਲਾ ਗਿਆ, ਬੱਚਿਆਂ ਦੇ ਸਿਰ ਤੋਂ ਮਾਂ ਦਾ ਸਹਾਇਆ ਚਲਾ ਗਿਆ, ਇਹ ਬਹੁਤ ਦੁਖਦਾਈ ਘਟਨਾ ਹੈ। ਪਰ ਅਸੀਂ ਦੁਨੀਆਂ ਨੂੰ ਸਾਹਾਂ ਕੁਛ ਕਰ ਨਹੀਂ ਸਕਦੇ, ਕੇਵਲ ਕੇਵਲ ਫਿਰ ਗੁਰੂ ਅਸ਼ਰ ਸਾਹਿਬ ਗੁਰੂ ਚਰਨਾਂ ਦਾ ਅਰਦਾਸੀ ਕਰ ਸਕਦੇ ਹਾਂ ਕਿ ਗੁਰੂ ਸੱਜਣ ਅਸੀਸਰੀਆਂ ਜੋ ਹੋਏ ਸਾਹਿਬ ਸੋਹੇ ਦਰਾਸ ਦੇ ਬਹੁਤ ਸੋਹੇ ਹਨ, ਪਰ ਪ੍ਰੈਕਟੀਕਲੀ ਉਸ ਚੀਜ਼ ਨੂੰ ਮਹਿਸੂਸ ਕਰਨਾ ਬਹੁਤ ਔਖਾ ਹੈ। ਅੱਜ ਪਰਿਵਾਰ ਦੇ ਵਿੱਚ, ਖਾਲਸੇ ਦੇ ਪਰਿਵਾਰ ਦੇ ਵਿੱਚ, ਪਟੇਲਚਾ ਪਰਿਵਾਰ ਦੇ ਵਿੱਚ, ਤੇ ਮੈਂ ਸਾਰਾ ਮੈਨੂੰ ਪਰਿਵਾਰਕ ਮੈਂਬਰ ਹਾਂ, ਕਿਉਂਕਿ ਉਸ ਪਰਿਵਾਰ ਦੇ ਨਾਲ ਮੇਰਾ ਬੱਚਾ ਦਾ ਹਿੱਸਾ ਹੈ। ਔਰ ਮੈਂ ਬੱਚਾ ਤੋਂ ਲੈ ਕੇ ਅੱਜ ਤੱਕ ਸਿਆਸੀ ਤੌਰ ਤੇ ਭਾਵੇਂ ਅੱਗੇ ਵਧਿਆ, ਭਾਵੇਂ ਸਮਾਜਿਕ ਤੌਰ ਤੇ ਵਧਿਆ, ਇਸ ਪਰਿਵਾਰ ਦਾ ਮੇਰੇ ਸਿਰ ਉੱਤੇ ਹਿੱਸਾ ਆ ਰਿਹਾ ਹੈ। ਅੱਜ ਸਾਡੇ ਪਰਿਵਾਰ ਦੀ ਮੂੰਹ ਦਾ ਚਲੇ ਜਾਣਾ ਇਹ ਜੀਵਨ ਦੀ ਬਹੁਤ ਵੱਡੀ ਕਾਰਕ ਹੈ। ਅਸੀਂ ਦਰਿਆਵੀ ਸਾਹਮਣਾ ਕੁਛ ਕਰ ਨਹੀਂ ਸਕਦੇ, ਕੇਵਲ ਕੇਵਲ ਅਰਦਾਸ ਕਰ ਸਕਦੇ ਹਾਂ। ਮੈਂ ਦੇਖ ਰਿਹਾ ਕਿ ਸੰਗਤਾਂ ਦਾ ਇੱਕ ਬਹੁਤ ਵੱਡਾ ਕੰਮ, ਜਿਸਦਾ ਖਾਲਸੇ ਦੇ ਪਰਿਵਾਰ ਦੇ ਨਾਲ ਸਾਰੇ ਪਰਿਵਾਰ ਨਾਲ ਬਹੁਤ ਨਜ਼ਦੀਕੀ ਸੰਬੰਧ ਹੈ। ਭਾਵੇਂ ਉਹ ਰਿਸ਼ਤੇਦਾਰ ਹਨ, ਦੂਰੋਂ ਦੂਰ ਚੱਲ ਰਹੇ ਹਨ, ਭਾਵੇਂ ਉਹ ਪ੍ਰਮੁੱਖ ਪੰਛੀ ਐਸੋਸੀਏਸ਼ਨ ਜਿਹਨੂੰ ਕਿ ਸਰਦਾਰ ਹਰਿੰਦਰ ਸਿੰਘ ਖਾਲਸਾ ਜੀ, ਗੱਡੀ ਜੀ, ਔਸ਼ੈਲੀ ਜੀ, ਉਹ ਆਪਣਾ ਕਰਮ ਫਲ ਕਰ ਰਹੇ ਹਨ। ਉਹਨਾਂ ਦੇ ਨਾਲ ਜੋ ਦੁਕਾਨਦਾਰ ਜਿਹਨਾਂ ਦੇ ਵਿੱਚ ਦੀਪਕ ਜੋਸ਼ੀ ਜੀ, ਪ੍ਰਤਾਪ ਸਾਹਿਬ, ਭੁਪਿੰਦਰ ਸਿੰਘ ਜੀ ਦਰਬਾਰ, ਉਹ ਇਹਨਾਂ ਦੀ ਸਹੁਰ ਐਸੋਸੀਏਸ਼ਨ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਡੇ ਪਰਿਵਾਰ ਦੇ ਨਾਲ ਸੰਗਤ ਬਣਾਈ ਹੈ। ਇਸੇ ਤਰ੍ਹਾਂ ਵੱਖ ਵੱਖ ਗੁਰਦੁਆਰਾ ਕਮੇਟੀਆਂ ਕਿ ਤੁਸੀਂ ਸਰਦਾਰ ਹਰਿੰਦਰ ਸਿੰਘ ਖਾਲਸਾ ਦੇ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਦੇ ਨਾਲ ਜੋੜ ਸਾਹਿਬ ਕੀਤਾ, ਪਰ ਪਰਿਵਾਰ ਜੋੜ ਕੇ ਤੁਸੀਂ ਦੋਹਤੇ ਲੜੀ ਦੇ ਵਿੱਚ ਸਾਡੇ ਪਰਿਵਾਰ ਨਾਲ ਆਪਣੇ ਜੋੜ ਸਾਹਿਬ ਕੀਤਾ, ਮੈਂ ਤੁਹਾਡਾ ਸਾਰੇ ਦਾ ਧੰਨਵਾਦ ਕਰਦਾ। ਪਰ ਬੇਨਤੀ ਕਰਦਾ ਸਭ ਤੋਂ ਪਹਿਲੇ ਗੁਰੂ ਮਹਾਰਾਜ ਦੇ ਪਾਸੇ ਦਾ ਸਰੋਪਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਰਦਾਰ ਹਰਿੰਦਰ ਸਿੰਘ ਜੀ ਨੂੰ ਦਿੱਤਾ ਜਾਏਗਾ, ਮੈਂ ਬੇਨਤੀ ਕਰਦਾ ਆਪਣੇ ਛੋਟੇ ਜੀ ਮੋਤੀ ਜੀ ਨੂੰ ਕਿ ਉਹ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਅਤੇ ਸਰੋਪਾ ਜੋ ਕਮੇਟੀ ਦਾ ਜਾਣਾ ਹੈ ਉਹ ਆ ਕੇ ਪ੍ਰਵਾਨ ਕਰਨ। ਬੇਨਤੀ ਕਰਾਂਗਾ ਸਮੂਹ ਪ੍ਰਬੰਧਕ ਕਮੇਟੀ ਸਰਦਾਰ ਗੁਰਦੀਪ ਸਿੰਘ ਜੀ, ਸਰਦਾਰ ਪ੍ਰਸੰਨ ਸਿੰਘ ਜੀ, ਜਿਹਨੇ ਸਿੰਘ ਗਾਂਧੀ ਜੀ, ਅਮਰਜੀਤ ਸਿੰਘ ਜੀ ਸਾਰੇ ਇਸ ਸਰੋਪਾ ਦੇ ਲਈ ਬੇਨਤੀ ਕਰਾਂਗਾ ਕਿ ਛੋਟੇ ਜੀ ਪ੍ਰਤੀ ਜੀ ਆਪਣੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ। ਸੋਹਣੇ ਹਾਲ ਸਰਦਾਰ ਸਵਰਨ ਸਿੰਘ ਜੀ ਬਾਬਾ ਅਮ੍ਰਿਤ ਵਾਲੇ ਅਕਾਲ ਚਲਾਣਾ ਕਰਦੇ ਸਨ, ਇਹਨਾਂ ਦੀ ਅੰਤਿਮ ਅਰਦਾਸ ਕੱਲ੍ਹ ਦਿਨ ਸੋਮਵਾਰ ਨੂੰ 12:30 ਵਜੇ ਤੋਂ ਲੈ ਕੇ